इस पंप ਨੂੰ ਬਣਾਉਣ ਲਈ ਤੁਹਾਨੂੰ ਇੱਕ ਫਿਲਮ ਕੈਨ, ਇੱਕ ਰਬੜ ਬਲਬ, ਇੱਕ ਸਿੱਕਾ ਅਤੇ ਸਖਤ ਸਟਰਾਅ ਦੀ ਲੋੜ ਪਏਗੀ। ਫਿਲਮ ਕੈਨ ਦੇ ਆਧਾਰ 'ਤੇ ਇੱਕ ਵੱਡੀ ਮੋਰੀ ਕਰ ਦਿਓ। ਪਾਣੀ ਦੇ ਬਾਹਰ ਆਉਣ ਲਈ ਸਿਲੰਡਰ ਸਤਹਿ 'ਤੇ ਇੱਕ ਛੋਟੀ ਜਿਹੀ ਮੋਰੀ ਕਰ ਲਵੋ। ਕੈਨ ਵਿੱਚ ਇੱਕ ਸਿੱਕਾ ਸੁੱਟੋ, ਸਿੱਕਾ ਪੂਰੀ ਮੋਰੀ ਨੂੰ ਟੱਕ ਦੇਵੇ। ਸਿੱਕਾ ਇੱਕ ਸਕਸ਼ਨ ਵਾਲਵ ਦਾ ਕੰਮ ਕਰੇਗਾ। ਡਿਲੀਵਰੀ ਪਾਈਪ ਦੇ ਲਈ ਇੱਕ ਛੋਟੀ ਕੈੜੀ ਸਟਰਾਅ ਜੋੜ ਦਿਓ। ਪੈਨ ਦਾ 3 ਸੈਂਟੀਮੀਟਰ ਦਾ ਟੁਕੜਾ ਲਵੋ ਅਤੇ ਉਸ ਨੂੰ ਰਬੜ ਬਲਬ ਦੇ ਮੂੰਹ ਵਿੱਚ ਧੱਕ ਦਿਓ। ਫਿਲਮ ਕੈਨ ਦੇ ਢੱਕਣ ਦੀ ਮੋਰੀ ਵਿੱਚ ਦੂਜਾ ਹਿੱਸਾ ਪਾ ਦਿਓ। ਹੁਣ ਪੰਪ ਨੂੰ ਪੂਰਾ ਕਰਨ ਲਈ ਫਿਲਮ ਕੈਨ ਦਾ ਢੱਕਣ ਜੋੜ ਦਿਓ। ਤੁਸੀਂ ਦੇਖ ਸਕਦੇ ਹੋ ਕਿ ਸਿੱਕਾ ਸਕਸ਼ਨ ਪੋਰਟ ਨੂੰ ਢੱਕ ਲਵੇਗਾ। ਪਾਣੀ ਵਿੱਚ ਪੰਪ ਰੱਖੋ, ਇੱਕ ਹੱਥ ਨਾਲ ਫਿਲਮ ਕੈਨ ਨੂੰ ਫੜੋ ਅਤੇ ਦੂਜੇ ਹੱਥ ਨਾਲ ਰਬੜ ਬਲਬ ਨੂੰ ਦਬਾਓ ਅਤੇ ਛੱਡੋ। ਅਜਿਹਾ ਕਰਨ ਨਾਲ ਕੁਝ ਸਮੇਂ ਬਾਅਦ ਬਹੁਤ ਸਾਰੀ ਮਾਤਰਾ ਵਿੱਚ ਪਾਣੀ ਆਵੇਗਾ।